ਜਿਹੜੇ ਘਰੋਂ ਚੱਲ ਕੇ ਇੱਥੇ ਆਹ ਸੰਗਤ ਬੈਠੀ ਹੈ, ਜਿਹੜਾ ਆਹ ਲੁਤਫ ਹੈ, ਆਹ ਲੱਜ਼ਤ ਹੈ ਸਾਹਮਣੇ ਬੈਠ ਕੇ ਦੇਖਣ ਦੀ, ਉਹ ਮੋਬਾਈਲ ਤੇ ਉਹ ਨਜ਼ਾਰਾ ਨਹੀਂ ਹੈ। ਇਹ ਸੁੱਖ ਤਾਂ ਮਿਲ ਗਿਆ ਜ਼ਰੂਰ ਆਪਾਂ ਨੂੰ ਟੈਕਨੋਲੋਜੀ ਦਾ, ਪਰ ਜਿਹੜਾ ਆਨੰਦ ਹੈ ਸਰੋਤੇ ਦਾ ਬੁਲਾਰੇ ਦੇ ਨਾਲ ਅੱਖ ਨਾਲ ਅੱਖ ਮਿਲਦੀ ਹੈ, ਉਹਦੀ ਲੱਜ਼ਤ ਵੱਖਰੀ ਵੱਖਰੀ। ਚਾਰ ਦਿਨ ਮਿਲ ਰਹੇ ਹੈ ਕੋਈ ਸ਼ੱਕ ਨਹੀਂ ਪਿਆਰੇ, ਬਾਕੀ ਸੱਚ ਹੈ। ਇਹ ਘਰ ਬੈਠੇ ਸਾਡੀਆਂ ਮਾਤਾਵਾਂ ਭੈਣਾਂ ਦੇਖਦੇ ਨੇ, ਇੱਥੇ ਕਰਕੇ ਅਸੀਂ ਲੱਚਰ ਦਾ ਗਾਈਏ, ਲੱਚਰ ਗਾਣੇ ਗਾਈਏ, ਕੁਛ ਵੀ ਗਾਈਏ, ਕਹਿਣ ਦਾ ਮਤਲਬ ਇਹ ਸਟੇਜ ਦੇ ਉੱਪਰੋਂ ਅਸੀਂ ਗੱਲਾਂ ਉਹ ਨਹੀਂ ਦੇਖਣਾ ਵੀ ਆਹ ਸੰਗਤ ਬੈਠੀ ਹੈ, ਸਾਡੇ ਵੀਰ ਬੈਠੇ ਆ, ਇਹਨਾਂ ਦੀ ਮਤਲਬ ਦੀ ਚੀਜ਼ ਇਕੱਲਿਆਂ ਨੇ ਗਾਦੀ। ਜਿਹੜੀ ਸੰਗਤ ਘਰੇ ਦੇਖ ਰਹੀ ਹੈ ਕੋਨੇ ਕੋਨੇ ਤੋਂ ਬੈਠੀ, ਇਕੱਲਾ ਆਪਣਾ ਪੰਜਾਬ ਨਹੀਂ, ਇੰਡੀਆ ਨਹੀਂ, ਹਿੰਦੁਸਤਾਨ ਨਹੀਂ, ਆਲ ਵਰਲਡ ਦੇ ਵਿੱਚ ਕੈਨੇਡਾ, ਅਮਰੀਕਾ, ਬਾਹਰਲੀ ਧਰਤੀ ਦੇ ਲੋਕ ਬੈਠੇ ਦੇਖਦੇ ਆ, ਸੰਗਤਾਂ ਦੇਖਦੀਆਂ ਨੇ, ਯੂਟਿਊਬ ਚੈਨਲ ਰਾਹੀਂ, ਇੰਸਟਾਗ੍ਰਾਮ ਚੱਲਦਾ, ਸੋਸ਼ਲ ਮੀਡੀਆ, ਫੇਸਬੁੱਕ ਚੱਲਦਾ। ਪਿਆਰੇ ਉਹ ਕਿੰਨੇ ਚੈਨਲ ਨੇ ਜੋ ਬਾਈ ਹੁਣ ਦਿਖਾ ਰਹੇ ਆ, ਬਾਈ ਹੁਣ ਮੇਰੇ ਧੰਨਵਾਦ ਕਰਦੇ ਆ ਬਾਈ ਜੀਆਂ ਦਾ ਜੋ ਲਾਈਵ ਦਿਖਾ ਰਹੇ ਆ। ਔਰ ਇਸ ਵਿਰਸਾ ਸੰਭਾਲ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜੋ ਬਹੁਤ ਤਕੜੇ, ਅਸੀਂ ਤਾਂ ਚਰਨ ਧੂੜ ਪਰਤਣ ਵਾਲੇ ਆ, ਪਿਆਰੇ ਚਰਨਾਂ ਦੀ ਧੂੜ ਆ, ਅਸੀਂ ਗਾਉਣ ਵਾਲੇ ਬਣ ਕੇ ਕਦੇ ਨਹੀਂ ਆਏ, ਨਾ ਹੀ ਆਉਣਾ। ਵੱਡੇ ਵੱਡੇ ਬੁਲਾਰਿਆਂ ਨੂੰ ਤੁਹਾਡੇ ਸਨਮੁੱਖ ਲਿਆ ਕੇ ਸੰਗਤਾਂ ਦੀ ਕਚਹਿਰੀ ਚ ਪੇਸ਼ ਕਰਦੇ ਆ, ਔਰ ਉਹਦੇ ਵਿੱਚੋਂ ਤੁਸੀਂ ਨਿਤਾਰ ਕੇ ਅਗਲੀ ਵਾਰ ਉਹ ਬੁਲਾਰਿਆਂ ਨੂੰ ਬੁਲਾਉਂਦੇ ਹੋ ਕਿ ਭਾਈ ਉਹ ਫਲਾਣੇ ਬੁਲਾਰੇ ਚੰਗੇ ਸੀ, ਉਹਨਾਂ ਨੇ ਕੁਝ ਬੱਲੇ ਪਾਏ ਆ, ਸੁਣਨ ਦਾ ਆਨੰਦ ਆਇਆ, ਉਹਨਾਂ ਨੂੰ ਜ਼ਰੂਰ ਬੁਲਾਓ। ਲਓ ਹੁਣ ਕਈ ਵਾਰੀ ਰੀਸ ਦੀ ਘੜੀਸ, ਸਿਆਣੇ ਆਉਂਦੇ ਆ ਵੀ ਨਕਲ ਜਿਹੜੀ ਹੈ ਉਹ ਚੱਲਦੀ ਬਹੁਤ ਹੈ, ਨਕਲ ਜਿਹੜੀ ਚੱਲਦੀ ਬਹੁਤ ਹੈ ਪਰ ਉਹ ਪਾਸ ਘੱਟ ਹੁੰਦੀ ਹੈ, ਇਹ ਵੀ ਗੱਲ ਹੈ, ਕਿਉਂਕਿ ਝੂਠ ਦੇ ਪੈਰ ਤੇ ਝੂਠ ਦਾ ਸਮਾਂ ਬਹੁਤ ਘੱਟ ਹੈ। ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਜਿਹੜੇ ਰਹਿੰਦੇ ਆ, ਵੈਸੇ ਤਾਂ ਸਾਰੇ ਰਹਿੰਦੇ, ਜਿੰਨੇ ਬੁਲਾਰੇ ਹੁਣ ਆਪਣੇ ਚੈਨਲ ਬਣਾਇਆ, ਸਾਡਾ ਵੀ ਭਾਈ ਚੈਨਲ ਬਣਾਇਆ, ਘਰ ਬੈਠੇ ਤੁਸੀਂ ਦੇਖ ਸਕਦੇ ਹੋ, ਸਾਧਕ ਦੀ ਭਰ ਕੇ ਯੂਟਿਊਬ ਚੈਨਲ ਹੈ ਜਿਹੜਾ, ਉਹਨੂੰ ਸਰਚ ਮਾਰੋ, ਬੋਲ ਕੇ ਭਰ ਦਿਓ, ਕਮਿਸ਼ਨਰੀ ਜਥਾ ਤੁਹਾਡੇ ਦਾਸ ਚਰਨਾਂ ਦੇ ਵਿੱਚ ਉੱਥੇ ਹਾਜ਼ਰ ਹੋ ਜਾਣਗੇ। ਉਹਦੇ ਵਿੱਚ ਜਗਤ ਗੁਰੂ ਰਵਿਦਾਸ ਮਹਾਰਾਜ ਦੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਤਿਹਾਸ, ਸਿੱਖ ਇਤਿਹਾਸ ਔਰ ਲੋਕ ਤੱਤ, ਜਿੱਦਾਂ ਕੌਡਾ ਪੂਰਨ ਦਹੂਦ ਹਰਸਦਾਮਣੀ ਕਿਰਨ ਬਈ ਮਹਾਭਾਰਤ, ਜੋ ਤੁਹਾਨੂੰ ਪਸੰਦ ਆਉਂਦਾ ਘਰੇ ਬੈਠੇ ਆਨੰਦ ਲੈ ਸਕਦੇ ਹਾਂ ਆਪਾਂ। ਸਾਧਕ ਅਲੀ ਭਰ ਕੇ ਯੂਟਿਊਬ ਚੈਨਲ ਦੇ ਉੱਪਰ ਤੁਸੀਂ ਕੱਢ ਸਕਦੇ, ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ। ਲਓ ਅਗਲੀ ਕਾਪ, ਜਦੋਂ ਇੰਨੀ ਗੱਲ ਆਖੀ ਰਣਧੀਰ ਨੇ, ਕਹਿੰਦਾ ਵੀਰਾ ਉਹ ਤੇਰੇ ਮੌਕਾ ਯਾਦ ਹੈ ਇੱਕ, ਕਿਹੜਾ? ਕਹਿੰਦਾ ਇੱਕ ਹੰਸ ਮਿਲਿਆ ਸੀ ਆਪਾਂ ਨੂੰ। ਕਹਿੰਦਾ ਹਾਂ ਮਿਲਿਆ ਸੀ। ਕਹਿੰਦੇ ਕਹਿੰਦਾ ਉਹਨੇ ਆਖਿਆ ਸੀ ਵੀ ਔਖੇ ਵੇਲੇ ਮੈਨੂੰ ਯਾਦ ਕਰੀ। ਉਹਦੇ ਸਿੰਘ ਆਦਰ ਰਣਧੀਰ ਕਿਉਂ ਬੱਚੇ ਵਾਲੇ ਗੱਲਾਂ ਕਰਦਾ, ਉਹ ਕਿੱਥੇ ਹੋ? ਇੱਕ ਮੁੱਠੀ ਪੰਛੀ ਕੀ ਕਰੂਗਾ ਉਹ ਮੇਰੀ ਮਦਦ? ਆਪਣੇ ਕੋਲ ਇੰਨੇ ਇੰਨੇ ਘੋੜੇ ਨੇ ਜਿਹੜੇ ਫੜਾਰੀਆਂ ਮਾਰਦੇ ਆ, ਜਦੋਂ ਉਹ ਮੈਨੂੰ ਨੀ ਬਚਾ ਸਕਦੇ, ਹੱਸ ਕੀ ਕਰੂ? ਕਹਿੰਦਾ ਵੀਰਾ ਮੇਰੇ ਕਹੇ ਤੇ ਇੱਕ ਵਾਰ ਯਾਦ ਤਾਂ ਕਰ। ਗਰਬੀ ਲੈ ਕੇ ਮੂੰਹ ਹੱਥ ਧੋ ਕੇ ਦਿਲ ਦੀ ਹੂਕ ਸੁਣਾਈ ਪੰਛੀ, ਜਦੋਂ ਦਿਲ ਦੀ ਹੂਕ ਪਹੁੰਚੀ ਹੱਸ ਹਾਜ਼ਰ ਹੋ ਗਿਆ। ਜਦੋਂ ਦੇਖਿਆ ਅੱਖਾਂ ਦੇ ਵਿੱਚੋਂ ਜਲ ਚੱਲਦਾ, ਫਿਰ ਹੱਸ ਪੁੱਛਦਾ, ਕਹਿੰਦਾ ਕਿਉਂ ਠੋਰਾ, ਤੂੰ ਆਦਾ ਸੀ ਮੈਨੂੰ ਤੇਰੇ ਤੱਕ ਕੀ ਲੋੜ ਪੈਣੀ, ਤੇਰੇ ਤੱਕ ਕਿਹੜੀ ਜ਼ਰੂਰਤ ਪੈਣੀ, ਅਸੀਂ ਰਿਠੌਰ ਬੱਚੇ ਹਾਂ। ਮੈਂ ਤੁਹਾਨੂੰ ਆਖਿਆ ਸੀ ਵੀ ਕੋਈ ਗੱਲ ਨੀ, ਕਦੇ ਨਾ ਕਦੇ ਮੁਸੀਬਤ ਯਾਦ ਕਰਨੀ, ਸ਼ਾਇਦ ਮੈਂ ਕਿਸੇ ਕੰਮ ਆ ਜਾਵਾਂ, ਸ਼ਾਇਦ ਕਿਸੇ ਕੰਮ ਆ ਜਾਵਾਂ। ਹੁਕਮ ਕਰ, ਤੈਂ ਮੇਰੀ ਜਾਨ ਬਸਾਈ ਬਚਾਈ ਸੀ, ਉਹ ਵੇਲਾ ਮੈਂ ਭੁੱਲ ਨਹੀਂ ਸਕਦਾ, ਮੈਂ ਆਪਣੀ ਜਾਨ ਦਾ ਕਰਕੇ ਵੀ ਤੇਰਾ ਕੱਦ ਨਹੀਂ ਉਤਾਰ ਸਕਦਾ। ਉਹਦੇ ਸਿੰਘ ਨੂੰ ਆਦ, ਫਿਰ ਉਹਦੇ ਸਿੰਘ ਆਦਾ ਵੀਰਾ ਗੱਲ ਤਾਂ ਇਹ ਹੈ ਬਈ ਆਪਣੇ ਕੋਲ ਹੈ ਇੱਕ ਡੇਢ ਘੰਟਾ, ਆਪਾਂ ਬੈਠੇ ਕਾਬਲ ਦੀਆਂ ਹੱਦਾਂ ਤੇ, ਆਪਾਂ
ਆਪਾਂ ਨੇ 12 ਵਜੇ ਤੋਂ ਪਹਿਲਾਂ ਬੁੰਦੀਗੜ੍ਹ ਪਹੁੰਚਣਾ। ਪਹੁੰਚਾ ਸਕਦਾ? ਪਤਾ ਕਿ ਠੀਕ ਗੱਲ ਹੈ, ਕਿੰਨਾ ਟਾਈਮ ਆਪਣੇ ਕੋਲ? ਕਹਿੰਦਾ ਘੰਟੇ ਘੰਟੇ ਡੇਢ ਘੰਟਾ। ਕਹਿੰਦਾ ਆਰਾਮ ਕਰ, ਘੰਟਾ ਅੱਧਾ ਕੁ ਘੰਟਾ ਜਦੋਂ ਰਹੇਗਾ ਉਦੋਂ ਬਹਿ ਜੀ ਮੇਰੇ ਉੱਪਰ, ਮੈਂ ਡਾਲੀ ਮਾਰ ਕੇ ਤੈਨੂੰ 20 ਬੱਚਿਆਂ ਮਿੰਟਾਂ 'ਚ ਬਚਾ ਦੂੰ। ਉਹ ਕਹਿੰਦਾ ਵੀਰੇ ਤੇ ਗਲਤ ਗੱਲ ਨਹੀਂ ਸੁਣ ਲਿਆ, ਹੰਸਨ ਵਾਹਦਾ ਉਹਦੇ ਜ਼ਿਕਰ। ਉਹ ਆਹਦਾ ਬੁੰਦੀਗੜ੍ਹ ਦੀ ਗੱਲ ਕਰਦਾ ਮੈਂ, ਆਪਾਂ ਬੈਠੇ ਕਾਬਲ ਦੀਆਂ ਹੱਦਾਂ ਤੇ, ਤੂੰ ਆਹਦਾ ਵੀ ਘੱਟ ਆਰਾਮ ਕਰ। ਮੈਨੂੰ ਇੱਕ ਇੱਕ ਸਕਿੰਟ ਹਰਾਮਪੁਰ ਉੱਪਰ ਹੋਇਆ, ਉਹ ਆਹਦਾ ਘਬਰਾਹਟ ਆ। ਸਾਡੇ ਪਾਦੇ ਤੇਰੇ ਪਾਦੇ ਹੋਣਗੇ ਬਹੁਤ ਲੰਬੇ ਇਹ ਸਮੇਂ ਰਸਤੇ, ਤੂੰ ਘਬਰਾਣਾ ਵੀਰਾ, ਮੈਂ ਸੱਚ ਆਦਾ। ਕਹਿੰਦਾ ਫਿਰ ਹੁਣੇ ਜਾ, ਯਾਦ ਕੀਤਾ ਤੈਨੂੰ ਮੁਸੀਬਤ ਦੇ ਵੇਲੇ, ਯਾਦ ਦੇ ਮੌਕੇ ਤੇ ਕੰਮ ਨਾ ਆਇਆ ਫਿਰ ਯਾਰ ਕਾਹਦਾ ਹੈ? ਮੈਂ ਮਿੱਤਰਤਾ ਨਿਭਾਉਂਗੀ ਤਾਂ ਮੇਰੀ ਜਾਨ ਬਚਾਈ ਸੀ, ਉਦੋਂ ਦੇਣ ਤਾਂ ਨਹੀਂ ਦੇ ਸਕਦਾ। ਚੱਲ ਇਉਂ ਕਰ, ਉਹ ਤਿਆਰ ਉਹਦੇ ਸਿੰਘ। ਕਹਿੰਦਾ ਬੈਠਾ ਕਿੱਥੇ? ਕਹਿੰਦਾ ਮੇਰੇ ਉੱਪਰ ਉੱਪਰ ਬਹਿ ਗਿਆ, ਹੰਸ ਦੇ ਉੱਪਰ ਬੈਠ ਕੇ ਜਦੋਂ ਹੱਥ ਆਇਆ ਉਭਾਰ ਕੇ, ਕਹਿੰਦਾ ਹੁਣ ਇਉਂ ਦੱਸ ਵੀ ਤੇਰਾ ਸਟੇਅਰਿੰਗ, ਤੇਰੀ ਰੇਸ, ਤੇਰਾ ਕਲੱਚ, ਤੇਰਾ ਗੇਅਰ ਕਿੱਥੇ ਹੈ? ਜੇ ਮੈਂ ਤੈਨੂੰ ਭਜਾਉਣਾ ਚਾਹਾਂ ਵੀ ਭਾਈ ਤੇਜ਼ ਚੱਲ ਥੋੜਾ ਜਿਹਾ। ਕਹਿੰਦਾ ਵੀਰਾ ਘਬਰਾਣਾ। ਕਹਿੰਦਾ ਜੇ ਮੈਂ ਤੈਨੂੰ ਰੋਕਣਾ ਹੋਵੇ ਬ੍ਰੇਕ ਕਿੱਥੇ ਨੇ? ਕਹਿੰਦਾ ਉਹ ਮੇਰਾ ਗਰਦਨ ਹੈ ਸਾਰਾ ਕੁਛ। ਐ ਉਹਦੇ ਸਿੰਘ ਨੇ ਹੱਥ ਪਾ ਲਿਆ, ਕਹਿੰਦਾ ਤਾਂ ਹੱਥ 'ਚ ਹੀ ਆ ਗਿਆ ਹੁਣ, ਜੇ ਇੱਕ ਮੈਂ ਮਰੋੜਤਾ ਤੇਰੀ ਗਰਦਨ ਫਿਰ ਤਾਂ ਤੇਰੇ ਯਾਰ ਮੇਰੇ ਪੱਕੇ ਬ੍ਰੇਕ ਲੱਗ ਜਾਣਗੇ। ਉਹ ਤਾਂ ਨਹੀਂ ਵੀਰ ਘਬਰਾ ਨਾ, ਮੈਨੂੰ ਦੱਸ ਦੀ ਆਪਣੇ ਧੌਲਰ ਦਾ ਪਛਾਣ ਸਕਦਾ ਨਾ, ਆਪਣੇ ਧੌਲਰ ਦਾ ਪਛਾਣ ਸਕਦਾ ਉਹਦੇ ਸਿੰਘ ਠੌਰ। ਉਹਨੂੰ ਆਦਾ ਹੰਸ, ਕਹਿੰਦਾ ਵੀਰਾ ਤਾਂ ਮੇਰੀ ਜਾਨ ਬਚਾਈ ਸੀ, ਉਹਦਾ ਮੁੱਲ ਤਾਂ ਨੀ ਮੈਂ ਮੋੜ ਸਕਦਾ। ਬੈਂਤ ਰਾਹੀਂ ਇੱਥੇ ਕਾਬ ਆਉਂਦੀ ਹੈ ਵੀ ਜਿਹੜੇ ਤੈਂ ਮੇਰੇ ਤੇ ਪਰ ਉਪਕਾਰ ਕੀਤੇ ਉਹ ਮੈਂ ਕਿਸ ਤਰ੍ਹਾਂ ਭੁਲਾ ਸਕਦਾ? ਬਹਿ ਜਾ, ਨਿਸ਼ਚਿਤ ਹੋ ਕੇ ਬਹਿ ਜਾ, 12 ਵਜੇ ਤੋਂ ਪਹਿਲਾਂ ਤੈਨੂੰ ਬੂੰਦੀਗੜ੍ਹ ਧੌਲਰਾਂ ਦੇ ਵਿੱਚ ਮਹਾਰਾਣੀ ਹੰਸਦਾਮਣੀ ਦੇ ਕੋਲ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਹੈ। ਜਿਹੜੀ ਤੈਂ ਮੇਰੀ ਜਾਨ ਬਚਾਈ ਸੀ ਉਹਦਾ ਮੁੱਲ ਤਾਂ ਨੀ ਮੈਂ ਮੋੜ ਸਕਦਾ, ਸ਼ਾਇਦ ਉਹਦੇ ਵਿੱਚੋਂ ਇੱਕ ਕਿਣਕਾ ਮੇਰਾ ਮਨਜ਼ੂਰ ਹੋ ਜੇ। ਹੰਸ ਉਡਾਰੀ ਮਾਰ ਕੇ ਉਹਦੇ ਸਿੰਘ ਰਿਠੌਰ ਨੂੰ ਕਾਬਲ ਦੀਆਂ ਹੱਦਾਂ ਤੋਂ ਚੱਕ ਕੇ ਸਿੱਧਾ ਬੂੰਦੀਗੜ੍ਹ ਨੂੰ ਕਿਉਂ ਬਚਾ ਰਿਹਾ ਹੈ? ਹੰਸ ਆਖਦਾ ਸਭ ਤੋਂ ਫਿਕਰ ਸਾਰੇ ਪੂਰੀ ਆਪਦੀ ਕਰਾ ਜ਼ੁਬਾਨ ਪਾਈ, ਜਿਹੜੇ ਮੇਰੇ ਤੇ ਪਰੋ ਉਪਕਾਰ ਕੀਤੇ ਸਿੰਘ।
ਕਵੀ ਹਥਨ ਦੇ ਕਰਨ ਆਨ ਪਾਈ ਦੇ ਪਿਆਰਿਓ ਇੱਕ ਬੇਨਤੀ ਇਹ ਹੈ ਬਾਬਾ ਗਰਨਾਥ ਮਹਾਰਾਜ ਜੀਆਂ ਦੇ ਆਪਾਂ ਸਲਾਨਾ ਸਮਾਗਮ ਦੇ ਵਿੱਚ ਕਰਮਾਂ ਦੇ ਨਾਲ ਇਕੱਤਰ ਹੁੰਦੇ ਹਾਂ। ਸਾਲ ਤੋਂ ਬਾਅਦ ਮੇਲਾ ਲੱਗਦਾ, ਬਾਬਾ ਜੀ ਦਾ ਸਲਾਨਾ ਸਮਾਗਮ ਮਨਾਇਆ ਜਾਂਦਾ। ਇਹਦੇ ਵਿੱਚੋਂ ਕਈ ਰੂਹਾਂ ਵਿਛੜ ਜਾਂਦੀਆਂ ਨੇ ਕਿ ਨਵੀਆਂ ਐਡ ਹੋ ਜਾਂਦੀਆਂ ਨੇ। ਕਹਿਣ ਦਾ ਭਾਵ ਇਹ ਲੱਗ ਜਾਂਦੇ ਦੇ ਮੇਲੇ ਹੈ, ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ ਦੀ। ਇੱਕ ਬੇਨਤੀ ਇੰਨੀ ਕਹਿ ਵੀ ਅੱਗੋਂ ਪਿੱਛੋਂ ਕਈ ਵਾਰੀ ਜਿਸ ਤਰ੍ਹਾਂ ਦਾ ਵਿਆਹ ਉਹੋ ਜਿਹੇ ਗੀਤ ਗਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਅਸੀਂ ਦੇਣ ਨਹੀਂ ਦੇ ਸਕਦੇ ਰੱਬ ਵਰਗੀ ਸੰਗਤ ਦੇ ਜਿੰਨੀ ਵੀ ਸੰਗਤ ਬੈਠੀ ਹੈ ਕਲਾ ਥਾਣਾ ਨਗਰ ਨਹੀਂ ਪੂਲਾ ਪੂਲੀ ਆਲੇ ਦੁਆਲੇ ਦੇ ਨਗਰਾਂ ਦੇ ਵਿੱਚ ਜਿੰਨੀ ਵੀ ਸੰਗਤ ਆਉਂਦੀ ਹੈ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਉਰੇ ਆ ਕੇ ਸਾਨੂੰ ਕੱਲ੍ਹ ਤੇ ਅੱਜ ਦਾ ਸਾਡਾ ਦੀਵਾਨ ਹੈ, ਅੱਜ ਮੇਰਾ ਲਾਸਟ ਦੀਵਾਨ ਹੈ ਇੱਥੇ, ਮੇਲਾ ਕੱਲ੍ਹ ਦਾ ਵੀ ਹੈਗਾ ਪਰ ਮੇਰਾ ਤੇ ਲਾਸਟ। ਬੇਨਤੀ ਕੀ ਕਰਦਾ ਮੈਂ ਬਈ ਬਾਜਿਆਂ ਨੇ ਕੱਲ੍ਹ ਵੀ ਅੱਜ ਵੀ ਮੈਨੂੰ ਫਰਮਾਇਸ਼ਾਂ ਕਈ ਕੀਤੀਆਂ ਹੋਈਆਂ ਨੇ, ਊਧਮ ਸਿੰਘ ਦੀਆਂ ਫਰਮਾਇਸ਼ਾਂ ਨੇ, ਸੋਹਣੀ ਮਾਹੀਵਾਲ ਦੀਆਂ ਫਰਮਾਇਸ਼ਾਂ ਨੇ, ਤੁੱਲੇ ਭੱਟੀ ਦੀਆਂ ਫਰਮਾਇਸ਼ਾਂ ਨੇ। ਹੁਣ ਬੇਨਤੀ ਇਹ ਹੈ ਵੀ ਇੱਕ ਟਾਈਮ ਦੇ ਵਿੱਚ ਇੱਕੋ ਹੀ ਖਾਣਾ ਲੱਗ ਸਕਦਾ।